ਪਹਿਲੇ ਪਰਮੇਸ਼ਵਰ ਦੇ ਦਾਸਾਂ ਦੇ ਘਰੇ ਆਏ ਸੀ ਔਰ ਬੰਦਗੀ ਸੀ ਔਰ ਉਸ ਜਗ੍ਹਾ ਤੇ ਖਾਣਾ ਬਣਾ ਰਹੇ ਸੀ, ਸੇਵਾ ਕਰ ਰਹੇ ਸੀ ਬਾਣੀ ਦੇ ਅਨੁਸਾਰ ਕਿ ਜਿੱਦਾਂ ਤੁਸੀਂ ਪਰਮੇਸ਼ਵਰ ਦੇ ਘਰ ਸੇਵਾ ਕਰਦੇ ਤੇ ਪਰਮੇਸ਼ਵਰ ਤੁਹਾਡੇ ਘਰਾਂ ਦੀ ਰਾਖੀ ਕਰਦਾ ਹੈ। ਸਿਸਟਰ ਜਦ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਘਰੋਂ ਵਾਪਸ ਆਪਣੇ ਘਰ ਵਿੱਚ ਗਏ ਤੇ ਇਹਨਾਂ ਨੇ ਆਪਣੇ ਘਰ ਵਿੱਚ ਜਾ ਕੇ ਸਿਲੰਡਰ ਬਾਲ ਲਿਆ ਔਰ ਅਚਾਨਕ ਹੀ ਸਿਲੰਡਰ ਨੂੰ ਇਹ ਦੂਜੇ ਬਾਲ ਕੇ ਸਿਲੰਡਰ ਤੇਲ ਦੇ ਉੱਪਰ ਰੱਖ ਕੇ ਦੂਸਰੇ ਕਮਰੇ ਵਿੱਚ ਚਲੇ ਗਏ ਤੇ ਅਚਾਨਕ ਨਾਲੀ ਨੂੰ ਜਿਹੜੀ ਅੱਗ ਲੱਗ ਚੁੱਕੀ ਸੀ ਔਰ ਪਰਮੇਸ਼ਵਰ ਨੇ ਇਹਨਾਂ ਦੇ ਘਰ ਦਾ ਸਾਰਾ ਸਮਾਨ ਦੀ ਰਾਖੀ ਕੀਤੀ, ਉਸ ਸਮਾਨ ਨੂੰ ਬਚਾਇਆ। ਕੋਈ ਵੀ ਜਿਹੜਾ ਨੁਕਸਾਨ ਹੈ, ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ, ਕੁਛ ਵੀ ਹੋ ਸਕਦਾ ਸੀ, ਕਮਰੇ ਦੇ ਵਿੱਚ ਕੱਪੜੇ ਸੀ, ਫਰਿੱਜ ਸੀ, ਲੱਕੜ ਦੇ ਬੈੱਡ ਸੀ, ਔਰ ਪ੍ਰਭੂ ਨੇ ਸਾਰੇ ਸਮਾਨ ਦੀ ਰਖਵਾਲੀ ਕੀਤੀ, ਇਹਨਾਂ ਨੂੰ ਬਚਾਇਆ, ਇਹਨਾਂ ਦੇ ਪਰਿਵਾਰ ਨੂੰ ਬਚਾਇਆ ਔਰ ਜਿਹੜੀ ਨਾਲੀ ਚੁੱਲ੍ਹਿਆਂ ਦੇ ਸੋਚੇ ਸੀ ਉਹ ਪੂਰੀ ਤਰ੍ਹਾਂ ਜਲ ਚੁੱਕੇ ਸੀ, ਨਾਲੀ ਪੂਰੀ ਤਰ੍ਹਾਂ ਜਲ ਚੁੱਕੀ ਸੀ ਤੇ ਇਸ ਵੱਡੀ ਕਿਰਪਾ ਲਈ ਆਪਣੇ ਦਾਸਾਂ ਦਾ, ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਜਿਨ੍ਹਾਂ ਨੇ ਇਹਨਾਂ ਦੇ ਘਰ ਦੀ ਰਾਖੀ ਕੀਤੀ, ਇਹਨਾਂ ਦੇ ਪਰਿਵਾਰ ਦੀ ਰਾਖੀ ਕੀਤੀ ਇਸ ਵੱਡੀ ਕਿਰਪਾ ਲਈ। ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਦਾਸਾਂ ਦਾ ਔਰ ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਸਾਰੇ ਪੈਨ ਪੈਨ ਜੈਨਸੀ ਦੀ। ਹਾਲੇਲੂਇਆ।